ਦਰਸ਼ਕੋ ਸਵਾਗਤ ਹੈ ਜੀ ਤੁਹਾਡਾ ਵੀਰ ਦੀ ਧਰਤੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਹਮਣੇ ਬਜ਼ੁਰਗ ਬੈਠੇ ਨੇ, ਮੇਰੇ ਦਾਦੀ ਦੀ ਉਮਰ ਦੇ ਨੇ। ਇਹਨਾਂ ਨੂੰ ਪੁੱਛ ਕੇ ਦੇਖੋ, ਇਹਨਾਂ ਨੇ ਜਿਹੜਾ ਪੰਜਾਬ ਦੇਖਿਆ ਸੀ ਉਹ ਕਿੱਧਰ ਗਿਆ। ਇਹਨਾਂ ਨੇ ਛਿੰਝਾਂ ਘੁਲਦਾ ਪੰਜਾਬ ਦੇਖਿਆ ਸੀ, ਇਹਨਾਂ ਨੇ ਗਿੱਧੇ ਭੰਗੜੇ ਚੋਂ ਫਸਟ ਆਉਂਦਾ ਪੰਜਾਬ ਦੇਖਿਆ ਸੀ, ਇਹਨਾਂ ਨੇ ਘਿਓ ਦੇ ਛੰਨੇ ਪੀਣ ਵਾਲਾ ਪੰਜਾਬ ਦੇਖਿਆ ਸੀ, ਇਹਨਾਂ ਨੇ ਖੇਤੀ ਚੋਂ ਫਸਟ ਆਉਂਦਾ ਪੰਜਾਬ ਦੇਖਿਆ ਸੀ। ਅੱਜ ਕਿੱਧਰ ਗਿਆ ਉਹ? ਅੱਜ ਪੰਜਾਬ ਸਮੈਕੀਆਂ ਦਾ ਪੰਜਾਬ, ਬਲੈਕੀਆਂ ਦਾ ਪੰਜਾਬ, ਟੀਕਿਆਂ ਸਰਿੰਜਾਂ ਦਾ ਪੰਜਾਬ, ਮੁਰਦਾਬਾਦ ਦੇ ਨਾਰਿਆਂ ਦਾ ਪੰਜਾਬ, ਚੁੰਨੀਆਂ ਲਹਿੰਦੀਆਂ ਦਾ ਪੰਜਾਬ, ਪੱਗਾਂ ਢਹਿੰਦੀਆਂ ਦਾ ਪੰਜਾਬ ਬਣ ਗਿਆ। ਉਹ ਪੰਜਾਬ ਕਿੱਧਰ ਗਿਆ ਵੀਰੋ? ਆਹ ਗੱਲਾਂ ਤੁਹਾਡੇ ਨਾਲ ਕਰਨ ਆਇਆ। ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਮੁੱਦਾ ਉਠਾਉਣਾ ਤਾਂ ਮੇਰੇ ਕੋਲੇ ਤਾਮਿਲਨਾਡੂ ਦੇ MP ਆ ਜਾਂਦੇ ਆ, ਮੇਰੇ ਕੋਲੇ ਕੇਰਲਾ ਉੜੀਸਾ ਦੇ MP ਆ ਜਾਂਦੇ ਆ। ਮਾਨ ਸਾਹਿਬ, ਜੋ ਅੱਜ ਆਪ ਬਾਤ ਕਹਿ ਰਹੇ ਥੇ ਪਾਰਲੀਮੈਂਟ ਮੇ ਕਿ ਪੰਜਾਬ ਕਾ ਕਿਸਾਨ ਖੁਦਕੁਸ਼ੀ ਕਰ ਰਹਾ ਹੈ, ਕਿਆ ਇਹ ਸੱਚ ਹੈ? ਮੈਨੇ ਕਹਾ ਹਾਂ ਜੀ ਸੱਚ ਹੈ, ਹਮ ਤੋ ਯਕੀਨ ਹੀ ਨਹੀਂ ਕਰ ਸਕਤੇ ਕਿ ਪੰਜਾਬ ਕਾ ਕਿਸਾਨ ਵੀ ਖੁਦਕੁਸ਼ੀ ਕਰ ਰਹਾ ਹੈ। ਹਮੇ ਤੋ ਯੇ ਪਤਾ ਚਲਤਾ ਥਾ ਕਿ ਪੰਜਾਬ ਕਾ ਕਿਸਾਨ ਤੋ ਬਹੁਤ ਖੁਸ਼ਹਾਲ ਹੈ। ਮੈਂ ਕਿਹਾ ਜੀ PTC ਚੈਨਲ ਦੀਆਂ ਐਡਾਂ ਉੱਡਾਂ ਜੀ ਖੁਸ਼ਹਾਲ ਹੈ, ਬਾਕੀ ਸਾਡੀਆਂ ਫਰਦਾਂ ਕਢਾ ਕੇ ਦੇਖ ਲਓ, ਸਾਰੀਆਂ ਲਕੀਰਾਂ ਲਾਲ ਹੈ, ਲਿਮਕਾਂ ਬਣਾਈ ਬੈਠੇ ਹਾਂ, ਕਰਜ਼ੇ ਲਈ ਬੈਠੇ ਹਾਂ, ਦੱਸਦੇ ਨਹੀਂ ਹੈਗੇ ਕਿਸੇ ਨੂੰ। ਬਸ ਵੀ ਕੋਈ ਕੋਕਾ ਐਵੇਂ ਕਹਿ ਦੂਗਾ ਯਾਰ ਐਡਾ ਵੱਡਾ ਤੂੰ ਜ਼ਿਮੀਂਦਾਰ ਹੈ, ਤੇਰੇ 'ਤੇ ਵੀ ਕਰਜ਼ਾ ਹੈ। ਬਸ ਟਕੀ ਬੈਠੇ ਹਾਂ, ਆਪਦੇ ਦੁੱਖਾਂ ਨੂੰ ਟਕੀ ਬੈਠੇ। ਸੁਵਿਓ ਉਹ ਪੰਜਾਬ ਦੁਬਾਰੇ ਲੱਭਣਾ ਹੈ। ਆਮ ਆਦਮੀ ਪਾਰਟੀ ਆਮ ਲੋਕਾਂ 'ਚੋਂ ਨਿਕਲੀ ਹੋਈ ਪਾਰਟੀ ਹੈ, ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸੋਚ ਦੀ ਪਾਰਟੀ ਹੈ। ਮਜ਼ਾਕ ਬਣਾ ਕੇ ਰੱਖਤਾ ਮੁਲਕ ਦਾ ਇਹਨਾਂ ਨੇ, 5-5 ਸਾਲ ਦੀਆਂ ਬਾਰੀਆਂ ਬੰਦ ਰੱਖੀਆਂ, 5 ਸਾਲ ਤੂੰ 5 ਸਾਲ ਮੈਂ, ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਕਹੀ, ਜੇ ਮੈਂ ਆ ਗਿਆ ਮੈਂ ਤੈਨੂੰ ਨੀ ਕੁਛ ਕਹਿੰਦਾ, ਆ ਚੱਲੀ ਜਾਂਦਾ ਬਸ। ਕਾਂਗਰਸ ਤੇ ਅਕਾਲੀ ਇਹ ਚੱਕੀ ਦੇ ਦੋ ਪੁੜ ਨੇ। ਮੈਂ ਮੇਰੀ ਦਾਦੀ ਨੂੰ ਚੱਕੀ ਪੀਂਦੀ ਨੂੰ ਦੇਖਿਆ ਹੋਇਆ, ਚੱਕੀ ਜਿਹੜੀ ਹੁੰਦੀ ਹੈ ਉਹਦਾ ਥੱਲੇ ਵਾਲਾ ਪੁੜ ਨਹੀਂ ਘੁੰਮਦਾ ਹੁੰਦਾ, ਉਹ ਖੜਾ ਹੁੰਦਾ, ਉੱਪਰ ਵਾਲਾ ਪੁੜ ਘੁੰਮਦਾ ਹੁੰਦਾ, ਦਾਣੇ ਵਿਚਾਲੇ ਹੁੰਦੇ ਹੈ। ਪਿਛਲੇ 9 ਸਾਲ ਤੋਂ ਕਾਂਗਰਸ ਵਾਲਾ ਪੁੜ ਖੜਾ, ਅਕਾਲੀ ਦਲ ਵਾਲਾ ਘੁੰਮੀ ਜਾਂਦਾ ਹੈ, ਆਪਾਂ ਵਿਚਾਲੇ ਹਾਂ, ਜਨਤਾ ਪਿਸੀ ਜਾਂਦੇ ਹਾਂ ਵੋਟਾਂ ਵੇਲੇ, ਫਿਰ ਜਨਤਾ ਸੋਚਦੀ ਹੈ ਬੜੀ ਜ਼ਾਲਮ ਚੱਕੀ ਹੈ, ਇਹ ਤਾਂ ਪੀਣਾ ਕਰੀ ਜਾਂਦੀ ਹੈ ਯਾਰ, ਇਹ ਤਾਂ ਪੀ ਜਾਂਦੀ ਹੈ, ਚੱਕੀ ਪਲਟ ਦਿਆਂਗੇ ਐਤਕੀ, ਆਪਾਂ ਚੱਕੀ ਪਲਟ ਦਿੰਦੇ ਹਾਂ ਜੀ, ਕਾਂਗਰਸ ਵਾਲਾ ਘੁੰਮਣ ਲੱਗ ਜਾਂਦਾ, ਆਪਾਂ ਤਾਂ ਵਿਚਾਲ ਹੀ ਰਹੇ, ਆਪਾਂ ਨੂੰ ਕੀ ਫਾਇਦਾ ਹੋਇਆ। ਪਰ ਪਰਮਾਤਮਾ ਨੇ ਚਮਤਕਾਰ ਕੀਤਾ, ਇੱਕ ਉਹਨੇ ਅਰਵਿੰਦ ਕੇਜਰੀਵਾਲ ਦੇ ਰੂਪ 'ਚ ਇੱਕ ਬੰਦਾ ਭੇਜਤਾ ਝਾੜੂ ਲੈ ਕੇ, ਕਹਿੰਦਾ ਐ ਕਰ ਦੋਨੇ ਪੁੜਾਂ 'ਚੋਂ ਝਾੜੂ ਨਾਲ ਦਾਣੇ ਕੱਢ ਲੈ। ਜਨਤਾ ਕੱਢ ਲੈਣੀ ਐ ਸੀ, ਦੋਨੇ ਪੁੜ ਖਾਲੀ ਆਪਸ 'ਚ ਘਸੀ ਜਾਣ, ਚੰਗਿਆੜਾ ਹੀ ਨਿਕਲਣਗੇ, ਹੋਰ ਕੁਛ ਨਹੀਂ ਹੋਣਾ। ਤੁਸੀਂ ਕਦੇ ਕਿਸੇ ਵੱਡੇ ਲੀਡਰ
ਭਰਤੀ ਹੋਇਆ ਦੇਖਿਆ? ਕਦੇ ਕਿਸੇ ਬੰਦੇ ਲੀਡਰ ਦਾ ਮੁੰਡਾ ਸਰਕਾਰੀ ਬੱਸ 'ਚ ਤੁਹਾਡੇ ਨਾਲ ਦੀ ਸੀਟ ਤੇ ਸਫ਼ਰ ਕਰਦਾ ਦੇਖਿਆ? ਕਦੇ ਕਿਸੇ ਬੰਦੇ ਲੀਡਰ ਦਾ ਮੁੰਡਾ ਹਸਪਤਾਲਾਂ ਦੇ ਨਾਲ ਦੇ ਪਿੰਡ ਤੇ ਮੱਲਮ ਪੱਟੀ ਕਰਾਉਂਦਾ ਸਰਕਾਰੀ ਹਸਪਤਾਲ 'ਚ ਦੇਖਿਆ? ਨਹੀਂ ਜੀ, ਇਸ ਕੰਮ ਵਾਸਤੇ ਆਪਾਂ ਰੱਖੇ ਹੋਏ ਹਾਂ ਜੀ ਆਮ ਲੋਕਾਂ ਦੇ ਧੀਆਂ ਪੁੱਤ। ਗੋਲੀਆਂ ਖਾਣ ਨੂੰ ਅਸੀਂ, ਧੱਕੇ ਖਾਣ ਨੂੰ ਅਸੀਂ, ਮਲਾਈਆਂ ਖਾਣ ਮਲੇਰੀਆ ਦੇ ਮੁੰਡੇ ਆ ਜਾਂਦੇ। ਆਹ ਕੌਣ ਹੈ ਚੇਅਰਮੈਨ ਹੈ, ਇਹ ਕੌਣ ਹੈ ਚੱਦੂ ਮਾਲੇ ਦਾ ਮੁੰਡਾ, ਆਹ ਕੌਣ ਹੈ ਜੀ ਭੂੰਦੜ ਦਾ ਮੁੰਡਾ, ਆਹ ਕੌਣ ਹੈ ਢੀਂਸੇ ਦਾ ਮੁੰਡਾ, ਆਹ ਕੌਣ ਹੈ ਭੱਠਾ ਦਾ ਮੁੰਡਾ? ਕੀ ਗੱਲ, ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੇ ਕੁਰਸੀਆਂ ਤੇ ਬਹਿਣ ਨਹੀਂ ਹੁੰਦਾ? ਕੋਈ ਗੱਲ ਨੀ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕਹਿ ਰਹੇ ਹੋ ਬੀਬੀ ਨੇ ਆਪ ਨੂੰ ਅਪਮਾਨ ਆਇਆ ਸੀ ਤੇ ਉਹ ਕਹਿ ਗਿਆ ਆ ਜਿਹੜੇ ਇਹਨਾਂ ਦੇ ਪੁੱਤਰ ਲਾਲ ਬੱਤੀਆਂ ਲਾ ਕੇ ਚੇਅਰਮੈਨ ਦੀਆਂ ਫਿਰਦੇ ਨੇ ਕਾਰਨ ਲਈ ਇਹਨਾਂ ਨੂੰ ਕਹਿ ਦਿਓ ਬਿਸਤਰੇ ਗੋਲ ਕਰਨ ਦੀ ਤਿਆਰੀ ਕਰ ਲਓ 2017।
ਸ਼ਮਸ਼ਾਨ ਘਾਟ ਦੀ ਅੱਗ ਦਿਨ ਬ ਦਿਨ ਉੱਚੀ ਹੋਈ ਜਾਂਦੀ ਹੈ। ਕੈਂਸਰ ਨੇ ਮਾਰਤੇ, ਮਹਿੰਗਾਈ ਨੇ ਮਾਰਤੇ, ਗਰੀਬੀ ਨੇ ਮਾਰਤੇ, ਕਾਲਾ ਪੀ ਲਿਆ ਉਹਨੇ ਮਾਰਤੇ, ਬੇਰੁਜ਼ਗਾਰੀ ਨੇ ਮਾਰਤੇ, ਇਹੀ ਕੁਝ ਨੇ ਬਸ। ਬਾਕੀ ਸਾਰੇ ਹਾਲਾਤ ਬਹੁਤ ਖਰਾਬ ਨੇ, ਲੋਕਾਂ ਦੇ ਅੱਥਰੂ ਮੁੱਕ ਗਏ, ਕੋਈ ਪੁੱਛਣ ਤਾਂ ਆਵੇ, ਕੋਈ ਮਿਲ ਨਹੀਂ ਆ ਰਹੇ, ਮਿਲ ਵੀ ਉਹਦੇ ਚੰਡੀਗੜ੍ਹ ਜਾਂਦੇ ਨੇ ਮਿਲਣ, ਉੱਥੇ ਵੀ ਨਹੀਂ ਮਿਲਦੇ। ਆਪਣਾ ਨਾਂ ਲਿਖਵਾ ਲੈਂਦਾ,
ਅੱਗੇ ਜਵਾਬ ਆਇਆ ਕਹਿੰਦੇ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਸ਼ਾਮਾਂ ਮਿਲਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ, ਉਹ ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ।
ਤੁਸੀਂ ਬਹੁਤ ਦੇਰ ਤੋਂ ਇੱਥੇ ਬੈਠੇ ਹੋ, ਮੈਨੂੰ ਪਤਾ ਕਵਿਤਾ ਦੇ ਕੰਮ ਛੱਡ ਕੇ ਮੈਂ ਤੁਹਾਨੂੰ ਬਹੁਤਾ ਬੋਰ ਨਹੀਂ ਕਰਨਾ। ਮੈਂ ਖੁਦ ਹੋ ਆਪ ਵੀ ਬਹਿਰਾਮ ਜਾਣਾ ਬੰਗਾ ਕੋਲ, ਉੱਥੇ ਵੀ ਬਹੁਤ ਭਾਰੀ ਗਿਣਤੀ 'ਚ ਲੋਕ ਇੰਤਜ਼ਾਰ ਕਰ ਰਹੇ ਨੇ। ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ, ਇਹ ਲੜਾਈ ਅਰਵਿੰਦ ਕੇਜਰੀਵਾਲ ਦੀ ਲੜਾਈ ਨਹੀਂ ਹੈਗੀ, ਇਹ ਲੜਾਈ ਕੋਈ ਭਗਵੰਤ ਮਾਨ ਦੀ ਲੜਾਈ ਨਹੀਂ, ਇਹ ਲੜਾਈ ਆਪਣੀ ਸਾਰਿਆਂ ਦੀ। ਇਹਨੂੰ ਆਪਦੀ ਲੜਾਈ ਸਮਝ ਕੇ ਲੜੋ, ਆਪਦੀ ਲੜਾਈ ਸਮਝ ਕੇ ਲੜੋ। ਜਿਸ ਦਿਨ ਵੋਟਾਂ ਪਾਉਣ ਜਾਓਗੇ ਬਾਕੀ ਗੱਲਾਂ ਸਾਰੀਆਂ ਭਾਵੇਂ ਭੁੱਲ ਜਾਓ, ਇੱਕ ਗੱਲ ਮੇਰੀ ਯਾਦ ਰੱਖ ਲਿਓ, ਜਿਹੜੇ ਬਟਨ ਹੈ ਮਸ਼ੀਨ ਨੂੰ ਗੌਰ ਨਾਲ ਦੇਖਿਓ, ਜਿਹੜੇ ਬਟਨ ਨੇ ਨਾ, ਬਟਨ ਦੇ ਸਾਹਮਣੇ ਚੋਣ ਨਿਸ਼ਾਨ ਹੁੰਦਾ, ਨਾ ਉਹ ਬਟਨ ਝਾੜੂ ਦਾ, ਨਾ ਗੱਡੇ ਦਾ, ਨਾ ਤੱਕੜੀ ਦਾ, ਨਾ ਪੰਜੇ ਦਾ, ਉਹ ਬਟਨ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੈ ਜੀ। ਜੇ 500 ਰੁਪਈਆ ਲੈ ਕੇ, 2 ਬੋਤਲਾਂ ਲੈ ਕੇ ਕਿਸੇ ਮਾਮੇ ਫੁੱਫੜ ਦੇ ਕਹਿਣ ਤੇ ਗਲਤ ਬਟਨ ਦੱਬ ਕੇ ਆਓਗੇ ਤਾਂ ਸਮਝ ਲਓ ਆਪਦੇ ਜਵਾਕਾਂ ਦੀ ਕਿਸਮਤ ਨੂੰ 5 ਸਾਲਾਂ ਵਾਸਤੇ ਗਹਿਣੇ ਤਰਿਆ। ਇਹ ਕਰੀ ਜਾਂਦੇ ਆਪਾਂ ਬਹੁਤ ਚਿਰ, ਹੁਣ ਆਪਣੇ ਕੋਲ ਇੱਕ ਨਵਾਂ ਰਾਹ ਹੈਗਾ, ਹੁਣ ਨਵਾਂ ਰਾਹ ਹੈਗਾ, ਉਹ ਨਵਾਂ ਰਾਹ ਅਪਣਾਈਏ। ਮੈਂ ਵੀ MP ਹਾਂ ਜੀ, ਸਾਰੇ ਪੰਜਾਬ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ, ਮੈਂ ਵੀ ਤੁਹਾਡੇ ਪਿੰਡ ਆਇਆ। ਕੋਈ ਲਾਲ ਬੱਤੀ ਵਾਲਾ ਹੂਟਰ ਵੱਜਿਆ? ਕੋਈ ਘੁੱਗੂ ਵੱਜਿਆ? ਨਹੀਂ ਵੱਜਿਆ। ਕੋਈ ਤੁਹਾਨੂੰ ਧੱਕੇ ਮਾਰਨ ਵਾਲੇ ਮੇਰੇ ਆਲੇ ਦੁਆਲੇ, ਕੋਈ AK-47 ਵਾਲੇ ਗਨਮੈਨ ਹੈ? ਨਹੀਂ ਹੈਗੇ। ਕਿਉਂ ਨਹੀਂ ਹੈਗੇ? ਜਦੋਂ ਕੋਈ ਬੇਈਮਾਨੀ ਨਹੀਂ ਕਰਨੀ, ਕਰਪਸ਼ਨ ਨਹੀਂ ਕਰਨੀ, ਕਿਸੇ ਦੇ ਪਲਾਟ 'ਤੇ ਨਜਾਇਜ਼ ਕਬਜ਼ਾ ਨਹੀਂ ਕਰਨਾ, ਕਿਸੇ ਦੇ ਧੀ ਪੁੱਤ ਨੂੰ ਨਸ਼ੇ 'ਤੇ ਨਹੀਂ ਲਾਉਣਾ, ਫਿਰ ਖਤਰਾ ਕਾਹਦਾ? ਤੁਸੀਂ ਸਾਰੇ ਗਨਮੈਨ ਹੀ। ਸਭ ਤੋਂ ਵੱਡਾ ਗਨਮੈਨ ਉਹ ਪਰਮਾਤਮਾ ਨੀਲੀ ਛਤਰੀ ਵਾਲਾ, ਸਭ ਤੋਂ ਵੱਡਾ ਗਨਮੈਨ। ਇਹਨਾਂ ਨੂੰ ਬੁਲਾ ਲਿਓ, ਨੰਨੀ ਸ਼ਾਨ ਨੂੰ ਬੁਲਾ ਲਿਓ, ਕਦੇ ਇੱਥੇ ਹਰਸਿਮਰਤ ਕੌਰ ਨੂੰ ਬੁਲਾ ਲਿਓ, ਸੁਖਬੀਰ ਬਾਦਲ ਨੂੰ ਬੁਲਾ ਲਿਓ, ਹਾਂ ਦੇਖ ਲਿਓ, ਜੇ 3 ਤਰੀਕ ਨੂੰ ਆਉਣਾ ਨਾ ਦੇਖ ਲਿਓ। 4 ਦਿਨ ਪਹਿਲਾਂ ਤਾਂ ਕੁੱਤੇ ਹੀ ਆਉਂਦੇ ਨੇ, ਜਿਹੜੇ ਸਾਰੇ ਪਿੰਡ ਦੇ ਸੋਫੇ ਸੁੱਭੀ ਜਾਂਦੇ ਨੇ ਯਾਰ, ਸਾਥੋਂ ਗਲਤੀ ਕੀ ਹੋ ਗਈ ਯਾਰ। ਫਿਰ ਲੀਡਰ ਆਉਂਦੇ ਨੇ, 450 ਗਨਮੈਨ, 550 ਗੱਡੀਆਂ, ਵਿੱਚ ਹੀ ਅੱਗ ਵਜਾਉਣ ਵਾਲੀ, ਵਿੱਚ ਹੀ ਐਂਬੂਲੈਂਸ, ਲੀਡਰ ਦੀ ਕਾਰ ਦੇ ਉੱਤੇ ਲੱਗੀ ਹੋਈ ਲਾਲ ਬੱਤੀ, ਉਹਨਾਂ ਲੋਕਾਂ ਨੂੰ ਖਤਾਨਾ 'ਚ ਡੇਗਦੀ ਤੇ ਉਹਨਾਂ ਲੋਕਾਂ ਨੂੰ ਬੇਇੱਜ਼ਤੀ ਕਰਦੀ ਜਾਂਦੀ ਹੁੰਦੀ ਹੈ, ਜਿਨ੍ਹਾਂ ਨੇ ਵੋਟਾਂ ਪਾ ਕੇ ਉਹਦੇ 'ਤੇ ਲਾਲ ਬੱਤੀ ਲਾਈ ਹੁੰਦੀ ਹੈ। ਬੰਦੇ ਵਾਲੀ ਗੱਲ ਹੈ ਕੋਈ, ਆਰਾਮ ਨਾਲ ਨਹੀਂ ਜਾ ਸਕਦੇ, ਅਸੀਂ ਨਹੀਂ ਜਾਂਦੇ, ਅਸੀਂ ਵੀ ਜਾਂਦੇ ਹਾਂ। ਬਸ ਆਹੀ ਦੁੱਖ ਹੈ, ਇਹ ਚੀਜ਼ ਹੈ, ਇਹ ਚੀਜ਼ ਹੈ। ਬਸ 2017 ਚ ਇਹਨਾਂ ਦੀਆਂ ਬੱਤੀਆਂ ਲਹਾਉਣੀਆਂ ਨੇ, ਬਸ ਆਹੀ ਦੁੱਖ ਹੈ। ਵੀਰੋ ਕੋਈ ਬਹੁਤੇ ਵੱਡੇ ਘਰਾਣੇ 'ਚ ਨਹੀਂ ਜੰਮੇ, ਆਮ ਜੇ ਘਰਾਂ 'ਚੋਂ ਉੱਠ ਕੇ ਆਏ ਹਾਂ। ਤੁਸੀਂ ਮੈਨੂੰ ਕਲਾਕਾਰ ਬਣਾਤਾ, ਉੱਥੇ ਵੀ ਫਰਜ਼ ਇਹੀ ਨਿਭਾਉਂਦਾ ਸੀ, ਉੱਥੇ ਵੀ ਭ੍ਰਿਸ਼ਟ ਅਫਸਰਾਂ ਦੇ, ਪੁਲਿਸਾਂ ਦੇ, ਲੀਡਰਾਂ ਦੇ ਖਿਲਾਫ ਹੀ ਬੋਲਦੇ ਰਹੇ ਹਾਂ। ਅੱਜ ਵੀ ਜ਼ਿੰਮੇਵਾਰੀ ਪਾਰਲੀਮੈਂਟ 'ਚ ਲਾਈ ਹੈ, ਉਹ ਵੀ ਨਿਭਾਊਂਗਾ, ਨਿਭਾ ਰਿਹਾ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਇਹ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਵੀ। ਨਰਿੰਦਰ ਮੋਦੀ ਜੀ ਨੇ ਪਹਿਲਾਂ ਹੀ ਭਾਸ਼ਣ ਦਿੱਤਾ ਪ੍ਰਧਾਨ ਮੰਤਰੀ ਬਣ ਕੇ ਪਾਰਲੀਮੈਂਟ 'ਚ, ਮੈਂ ਵੀ ਬੈਠਾ ਸੀ ਉੱਥੇ। ਕੀ ਕਿਹਾ? ਉਹ 'ਚ ਹੰਕਾਰ ਸੀ। ਕਾਂਗਰਸ ਤੋਂ 44 ਸੀਟਾਂ ਤੱਕ ਸਿਮਟ ਗਈ ਹੈ, ਕਾਂਗਰਸ ਵਾਲੇ ਤੋਂ ਚਾਹੇ ਇੱਕ ਮਿੰਨੀ ਬੱਸ ਮੇਂ ਬੈਠ ਕਰ ਵੀ
लोकसभा आ सकते हैं, हमें कोई एतराज नहीं होगा। ये हंकार है। मोदी साहब नु पता नहीं सी कि भलिया मान साहब अज तो 10 महीने बाद ऐसे दिल्ली च थोड़ी पार्टी के MLA भावे स्कूटर से आ जाकर गुस्सा सी नहीं करते। तीन नहीं ਪਬਲਿਕ ਹੈ, ਮੂਡ ਬਣ ਗਿਆ। ਜਮਾਨਤਾਂ ਜ਼ਬਤ ਕਰਾਉਂਦੇ ਵੱਡਿਆਂ ਦੀਆਂ ਲੋਕ ਜਦੋਂ ਆਪਦੀ ਆਈ ਤੇ ਆ ਜਾਣ। ਆਹ ਗੱਲਾਂ ਕਹਿਣ ਵਾਸਤੇ ਤੁਹਾਨੂੰ ਆਇਆ। ਸੋ ਵੀਰੋ, ਮੈਨੂੰ ਪਤਾ ਹੈ ਦੁੱਖ ਬਹੁਤ ਨੇ, ਮੈਨੂੰ ਪਤਾ ਕੋਈ ਸੁਣਨ ਵਾਲਾ ਹੈ ਨਹੀਂ, ਪਰ ਉਹੀ ਗੱਲ ਹੈ ਕਿ ਆਪ ਮਰੇ ਬਿਨਾਂ ਕੋਈ ਸੁਰਗਾਂ ਨੂੰ ਨਹੀਂ ਜਾਂਦਾ, ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ। ਤੁਸੀਂ ਆਪ ਖੜੇ ਹੋ, ਤੁਸੀਂ ਆਪ ਫੈਸਲਾ ਕਰੋ। ਮੈਨੂੰ ਪੱਤਰਕਾਰਾਂ ਨੇ ਪੁੱਛਿਆ ਦਿੱਲੀ ਪੰਜਾਬ ਮੇਂ 2017 ਮੇਂ ਕੌਣ ਕੌਣ ਸੇ ਮੁੱਦੇ ਲੇਕਰ ਜਾਓਗੇ। ਮੈਂ ਕਿਹਾ ਜੀ ਪੰਜਾਬੀ ਹਾਂ, ਮੁੱਦਿਆਂ ਜੇ ਕਹਿੰਦੇ ਘੱਟ ਹੀ ਦੇਖਦੇ ਹਾਂ, ਕਹਿੰਦੇ ਫਿਰ ਕੈਸੇ ਹੋਤਾ ਹੈ। ਮੈਂ ਕਿਹਾ ਸਾਡੇ ਤਾਂ ਦਿਲ ਨੂੰ ਗੱਲ ਜੀ ਜੱਚ ਗਈ ਤਾਂ ਜੱਚ ਗਈ, ਜੇ ਜੱਚ ਗਈ ਕਿਆ ਹੋਤਾ ਹੈ। ਮੈਂ ਕਿਹਾ ਜੀ ਖੁੰਡਾਂ ਦੇ ਬਹਿ ਕੇ ਜੱਚਦੀ ਹੈ, ਇਹ ਖੁੰਡ ਕਿਆ ਹੋਤਾ ਹੈ। ਮੈਂ ਕਿਹਾ ਜੀ ਹਰੇਕ ਪਿੰਡ ਮੇਂ ਹੋਤਾ ਹੈ, ਸਾਰਾ ਸਿਆਪਾ ਇੱਥੇ ਹੋਤਾ ਹੈ, ਇਹ ਕੈਸੇ ਜੱਚ ਗਈ ਮੈਂ ਸਮਝੀ ਨਹੀਂ। ਮੈਂ ਕਿਹਾ ਸਮਝਾ ਦਿੰਦਾ ਜੀ, ਭਦੌੜ ਹਲਕਾ ਜੀ ਬਰਨਾਲੇ ਕੋਲੇ ਸੰਗਰੂਰ ਲੋਕ ਸਭਾ ਚ ਪੈਂਦਾ ਭਦੌੜ। ਉੱਥੇ ਦੇ ਲੋਕਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਚ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਬੰਦਾ ਹਰਾਤਾ ਜੀ, ਦਰਬਾਰਾ ਸਿੰਘ ਗੁਰੂ, ਪ੍ਰਿੰਸੀਪਲ ਸੈਕਟਰੀ ਟੂ CM, ਇਦੋਂ ਵੱਡਾ ਕੋਈ ਅਫਸਰ ਹੀ ਨਹੀਂ ਹੁੰਦਾ, ਇਦੋਂ ਵੱਧ ਮੁੱਖ ਮੰਤਰੀ ਹੁੰਦਾ। ਬਸ ਹਰਾਇਆ ਕਿਹਨੇ? ਮੁਹੰਮਦ ਸਦੀਕ ਨੇ। ਕਿਹੜਾ ਮੁੱਦਾ ਚੱਲ ਗਿਆ ਜੀ? ਮੈਂ ਦੱਸਦਾ, ਕਿਉਂਕਿ ਮੇਰੇ ਤਾਂ ਇਲਾਕਾ ਕੋਈ ਮੁੱਦਾ ਨਹੀਂ ਚੱਲਿਆ, ਲੋਕਾਂ ਦੀ ਇੱਕ ਗੱਲ ਜੱਜ ਗਈ ਬਸ, ਉਸੇ ਗੱਲ ਨੇ ਕੰਮ ਕਰਤਾ। ਦਰਬਾਰਾ ਸਿੰਘ ਗੁਰੂ ਕਿਉਂਕਿ ਅਫਸਰ ਹੈ, ਉਹਨੇ ਪੋਸਟਰ ਛਪਾ ਲਏ ਤੱਕੜੀ ਵਾਲੇ, ਉਹਦੇ ਤੇ ਫੋਟੋ ਛਪਾ ਲਈ, ਦੋਨੇ ਹੱਥ ਪੈਂਟ ਦੀਆਂ ਜੇਬਾਂ ਚ ਪਾ ਕੇ ਆਏ। ਅਸੀਂ ਭਾਸ਼ਣ ਦਿੰਦਾ ਸੀ, ਸਰਦੀਆਂ ਚ ਵੋਟਾਂ ਸੀ, ਹੱਥ ਨਹੀਂ ਖੱਡਿਆ ਮਾਂ ਦੇ ਪੁੱਤ ਨੇ, ਮੁਹੰਮਦ ਸਦੀਕ ਨੇ ਆਏ ਖਿਚਾ ਲਈ। ਜਿੱਥੇ ਵੋਟਾਂ ਮੰਗਾਈਆਂ ਝੋਲੀ ਅੱਡ ਲੈਂਦਾ ਸੀ, ਭਾਈ ਝੋਲੀ ਹੈ ਗਰੀਬ ਦੀ, ਵੋਟਾਂ ਪਾ। ਦੋਨੇ ਪੋਸਟਰ ਬਰਾ ਬਰਾਬਰ ਲੱਗ ਗਏ ਭਦੌੜ ਦੀਆਂ ਕੰਧਾਂ ਤੇ। ਬਸ ਇੱਕ ਪੋਸਟਰ ਦੇਖ ਕੇ ਲੋਕਾਂ ਦੇ ਦਿਲ ਚ ਗੱਲ ਜੱਜ ਗਈ, ਕਹਿੰਦੇ ਲੈ ਵੀ ਐਤਕੀ ਇਹਦੇ ਹੱਥ ਕਢਾਉਣੇ ਜੇਬਾਂ ਚੋਂ। 11,500 ਤੇ ਹਾਰ ਗਿਆ ਜੀ, ਹੁਣ ਹੱਥ ਬੰਨੀ ਫਿਰਦਾ ਲੋਕ, ਕਹਿੰਦੇ ਹੁਣ ਤਾਂ ਲੇਟ ਹੋ ਗਿਆ। ਹੁਣ ਮੈਨੂੰ ਵੀ ਪਤਾ, ਮੈਂ ਤੁਹਾਡੇ 'ਚ ਹੀ ਰਹਿਣਾ, ਮੈਂ ਤੁਹਾਡੇ ਐਕਸਰੇ ਕਰੀ ਬੈਠਾ। ਤੁਹਾਡੇ 2017 ਵਾਸਤੇ ਗੱਲ ਜਮਾਂ ਜੱਜੀ ਪਈ ਹੈ, ਤੁਸੀਂ ਕਿਸੇ ਨੂੰ ਦੱਸਦੇ ਨਹੀਂ ਹੈਗੇ, ਇੱਕ ਵਾਰੀ ਤਾੜੀ ਮਾਰ ਕੇ ਦੱਸ ਦੋਗੇ ਜੱਜ ਕੇ। ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇਹ ਭ੍ਰਿਸ਼ਟਾਚਾਰੀਆਂ ਨੇ ਕਿਤਨਾ ਨੁਕਸਾਨ ਕਰ ਦਿਆ ਪੰਜਾਬ ਦਾ, ਕਰਪਸ਼ਨ ਵਾਲੋ ਨੇ, ਮਾਫੀਆ ਵਾਲੋ ਨੇ ਕਿਤਨਾ ਨੁਕਸਾਨ ਕਰ ਦਿਆ ਪੰਜਾਬ। ਮੈਂ ਕਿਹਾ ਜੀ ਇਹਦੇ ਬਾਰੇ ਮੈਂ ਕੀ ਦੱਸਾਂ, ਇਹ ਤਾਂ ਉਹ ਗੱਲ ਹੋ ਗਈ। ਸਾਡੇ ਪਿੰਡ ਇੱਕ ਲਾਲਾ ਜੀ ਕਸਤੂਰੀ ਲਾਲ ਹੈ, ਉਹਦੀ ਦੁਕਾਨ 'ਤੇ ਚੋਰੀ ਹੋ ਗਈ ਜੀ, ਕੋਈ ਪਤਾ ਨਹੀਂ ਨਸ਼ੇ ਨੁਸ਼ੇ ਵਾਲੇ ਹੋਣੇ, ਲੋਹੜੀ ਜੀ ਦੇ ਦਿਨ ਸੀਗੇ, ਉਹ ਗੱਲਾਂ ਗੁੱਲਾਂ ਭੰਨ ਕੇ ਉਹਦਾ ਲੈ ਗਏ। ਚਲੋ ਲਾਲਾ ਜੀ ਨੇ ਅਗਲੇ ਦਿਨ ਪੁਲਿਸ ਕੋਲ ਰਿਪੋਰਟ ਲਿਖਾਤੀ, ਚਲੋ ਦੁਕਾਨ ਤਾਂ ਚਲਾਉਣੀ ਸੀ, ਰਿਓੜੀਆਂ ਗੱਚਕ ਜੇ ਹੈ ਉਹ ਬੋਰੀ ਜੀ ਮੋੜ ਕੇ ਆਏ ਧਰਤੀਆਂ, ਲੋਕ ਪਤਾ ਲੈਣ ਆਉਣ ਲੱਗ ਗਏ ਵੀ ਯਾਰ ਕਸਤੂਰੀ ਦੇ ਚੋਰੀ ਹੋ ਗਈ, ਅਫਸੋਸ ਕਰਕੇ ਆਈਏ। ਪਿਛਲੇ ਪੈਰ ਹਜੇ ਵੇਲੇ ਸਾਡੇ ਪਿੰਡ ਵਾਲਾ ਸਰਪੰਚ ਵੀ ਕਹਿੰਦਾ ਯਾਰ ਕਸਤੂਰੀ ਦੇ ਚੋਰੀ ਹੋ ਗਈ,
ਮੈਂ ਪਤਾ ਲਿਆ ਵਾਂ, ਅਫਸੋਸ ਕਰਿਆ ਜੀ। ਜਾਣਸਾਰ ਸਰਪੰਚ ਨੇ ਰਿਓੜੀਆਂ ਵਾਲੀ ਬੋਰੀ 'ਚੋਂ ਇੱਕ ਮੁੱਠੀ ਰਿਓੜੀਆਂ ਦੀ ਭਰੀ, ਚਾਰ ਪੰਜ ਮੂੰਹ 'ਚ ਪਾ ਕੇ ਗੱਦੀ 'ਤੇ ਬਹਿ ਗਿਆ। ਕਹਿੰਦਾ ਬਹੁਤ ਮਾੜਾ ਹੋ ਗਿਆ ਕਸਤੂਰੀ ਸਿਆਂ, ਕਿੰਨਾ ਕੁ ਨੁਕਸਾਨ ਹੋ ਗਿਆ। ਕਸਤੂਰੀ ਕਹਿੰਦਾ ਸਰਪੰਚ ਸਾਹਿਬ, ਅੱਧਾ ਪਿੰਡ ਤਾਂ ਪਤਾ ਲੈ ਗਿਆ, ਅੱਧਾ ਹਜੇ ਆਊ। ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਮੁੱਠੀ ਭਰ ਲੈਂਦਾ ਡੋਰੀ 'ਚੋਂ, ਦੋ ਕੁ ਮੂੰਹ 'ਚ ਪਾ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ। ਸਰਪੰਚ ਸਾਹਿਬ, ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ। ਮੈਂ ਕਿਹਾ ਮੈਂ ਕਿਵੇਂ ਦੱਸਾਂ ਕਿੰਨਾ ਕੁ ਨੁਕਸਾਨ ਕਰਤਾ ਭ੍ਰਿਸ਼ਟਾਚਾਰੀਆਂ ਨੇ, ਨੁਕਸਾਨ ਤਾਂ ਹਜੇ ਚੱਲੀ ਜਾਂਦਾ ਹੈ। ਇਹ ਤਾਂ 2017 'ਚ ਜਦੋਂ ਆਮ ਆਦਮੀ ਪਾਰਟੀ ਸਹੁੰ ਚੁੱਕੂਗੀ, ਸਰਕਾਰ ਬਣਾਊਗੀ, ਉਦੋਂ ਹਿਸਾਬ ਲਾਵਾਂਗੇ ਕਿੰਨਾ ਕੁ ਨੁਕਸਾਨ। ਦੋ ਨਾਰੇ ਲਾਊਂਗਾ, ਸਾਡੀ ਪਾਰਟੀ 'ਚ ਨਾਰੇ ਬੰਦਿਆਂ ਦੇ ਨਹੀਂ ਲੱਗਦੇ, ਸਾਡੀ ਪਾਰਟੀ 'ਚ ਨਾਰੇ ਇਨਕਲਾਬ ਦੇ ਲੱਗਦੇ। ਅਸੀਂ ਤਾਂ ਤੁਹਾਡੇ ਵਰਗੇ ਹੀ ਆ, ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂਗਾ। ਚਲੋ ਹੈਗੇ ਨੇ ਹਜੇ ਪਿੰਡਾਂ 'ਚ, ਹੈਗੇ ਨੇ ਬੀ ਤੇਰੀ ਆ, ਇਹ ਇਦੋਂ ਪਹਿਲਾਂ ਬੀ ਤੇਰੀ ਆ ਕਹਿੰਦੇ, ਇਹਨੂੰ ਹੁਣ ਜੀ ਤੇਰੀ ਆ ਬਣਾ ਦਿਓ ਬਸ, ਕਿ ਇੱਥੋਂ ਹੀ ਜਿੱਤੇ ਆ ਜਿਹੜੇ ਜਿੱਤੇ ਆ ਵੱਡੇ। ਕਿ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਡੇ ਵਾਲਾ ਦੀਵਾ ਜਗਾ ਰੱਖਿਆ। ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਨਾਰਿਆਂ ਨਾਲ, ਅਤੇ ਭ੍ਰਿਸ਼ਟ ਆਤਮਾ ਕੰਬਣ ਲੱਗ ਜਾਣਗੀਆਂ ਕਿ ਬੱਦਲ ਬਾਈ ਠੀਕ ਨਹੀਂ ਲੱਗਦੀ। ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ ਇਨਕਲਾਬ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਤੁਹਾਡਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ, ਹੌਲੀ ਜਾਇਓ, ਆਰਾਮ ਨਾਲ ਜਾਇਓ। ਬਹੁਤ ਬਹੁਤ ਤੁਹਾਡਾ ਧੰਨਵਾਦ, ਸਤਿ ਸ਼੍ਰੀ ਅਕਾਲ ਸਰ।